हेलो जी, सत श्री अकाल जी सारिया नू। मैं हाँ गुरमीत कौर जवंदा बुटीक ते तुहाडा स्वागत है। होर सुनाओ जी की हाल चाल ने। मैनू पूरी उम्मीद है भी तुसी सारे वधिया होवोंगे, ठीक ठाक होवोंगे। लो जी अज आपां तुहानूं दिखाउणे होर सोहणे सोहणे सूट, रंग डिजाइन। ते अज वाले सूट जिहड़े आपां तुहानूं दिखावांगे सारे कॉटन दे ने, विच प्रिंटड भी ने, विच वर्क वाले भी ने, सारे तरह दे आपां दिखावांगे। ते इक आपां तुहानूं इहदे विच आइडिया देवांगे भी तुसी प्रिंटड सूटां नूं किवें स्टाइलिश बना सकदे हो, है ना, किस तरह दा उहदे उप्पर डिजाइन कर सकदे हो, वख वख डिजाइनां दे नाल तुसी बनवा सकदे हो। आपां सारी गल्लबात तुहाडे नाल करांगे। प्लीज वीडियो नूं एंड तक जरूर वेख लिओ। जे चैनल ते नवें यूट्यूब तों वेखदे हो तां सबसक्राइब नहीं करिआ प्लीज सबसक्राइब जरूर कर लिओ। जे वेखदे हो जी फेसबुक पेज तो अजे तक पेज नूं फॉलो नहीं करिआ तां फॉलो जरूर कर लिओ। जिन्हें भी आपां इह सूट दिखा रहे हां जी, सारिआं दे डिजाइन तुहानूं इंस्टाग्राम दे उप्पर मिल जाणगे। इंस्टाग्राम का लिंक डिस्क्रिप्शन बॉक्स के विच है, जां इत्थे लिखिआ होइआ सर्च शो हो रहा है जवंदा डॉट गुरमीत। मेरी इंस्टाग्राम की आइडिया तुसी सर्च करके चले जायो, इत्थे तुहानूं सारे कॉटन दे नहीं, इत्थे तुहानूं सारे सूटां दे डिजाइन शो हो जाणगे। ते अज वाली वीडियो स्पैशल कॉटन दे सूटां वास्ते आ, क्योंकि जिहड़ा कॉटन का कपड़ा हुंदा जी हर सीजन दे विच पै जांदा, है ना, तुसी अगे भी पाउणा जिस तरह हुण अगे भी मंथ आउगा, है ना, ਇਹਦਾ ਜੁਲਾਈ ਪਈ ਹੈ, ਸਾਰੀ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਤੱਕ ਤੁਸੀਂ ਆਰਾਮ ਦੇ ਨਾਲ ਪਹਿਨ ਸਕਦੇ ਹੋ। ਪੂਰਾ ਜਿਹੜਾ ਕਾਟਨ ਦੇ ਕੱਪੜੇ ਨੇ ਸਾਲ ਪੈਂਦੇ ਨੇ, ਕਿਉਂਕਿ ਇਹ ਗਰਮੀ ਦੇ ਵਿੱਚ ਠੰਡੇ ਹੁੰਦੇ ਨੇ, ਸਰਦੀ ਦੇ ਵਿੱਚ ਨਿੱਘੇ ਹੁੰਦੇ ਨੇ, ਤੁਸੀਂ ਆਰਾਮ ਦੇ ਨਾਲ ਪਹਿਨ ਸਕਦੇ ਹੋ। ਚਲੋ ਜੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸੋਹਣੇ ਸੋਹਣੇ ਸੂਟ, ਰੰਗ ਡਿਜ਼ਾਇਨ। ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਭੈਣ ਬਣ ਕੇ, ਰਿਕੁਐਸਟ ਹੈ ਸਾਰਿਆਂ ਨੂੰ, ਵੀਰਾਂ ਨੂੰ ਵੀ ਭੈਣਾਂ ਨੂੰ ਵੀ, ਠੀਕ ਹੈ। ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ। ਲਓ ਜੀ ਇਹ ਸੂਟ ਸ਼ਾਇਦ ਪਹਿਲਾਂ ਮੈਨੂੰ ਨਹੀਂ ਪਤਾ, ਮੈਂ ਤੁਹਾਨੂੰ ਸਟਿਚਿੰਗ ਤੋਂ ਬਾਅਦ ਦਿਖਾਇਆ ਜਾਂ ਨਾ ਦਿਖਾਇਆ, ਪਰ ਸਟਿਚਿੰਗ ਤੋਂ ਪਹਿਲਾਂ ਦਿਖਾਇਆ ਸੀ। ਇਹ ਬੇਟੀ ਦਾ ਸੂਟ ਹੈ ਮਨਵੀਰ ਦਾ, ਇਹ ਆਪਾਂ ਕਾਟਨ ਦੇ ਉੱਪਰ ਕਰਿਆ ਹੋਇਆ ਬਲੂ ਕਲਰ ਦਾ ਇਹ ਕਮੀਜ਼ ਹੈ ਜੀ। ਇਸ ਤਰ੍ਹਾਂ ਇਹਦੇ ਨੈਕ ਦਾ ਕੰਮ ਹੈ, ਇਹ ਆਪਾਂ ਵਰਕ ਕੀਤਾ ਹੋਇਆ ਹੈਗਾ, ਇਹ ਨੈਕ ਦੇ ਉੱਪਰ ਆਜੂਗਾ। ਬਹੁਤ ਸੋਹਣਾ ਕੰਮ ਹੈ ਜਿਹੜਾ ਬਾਹਾਂ ਦੇ ਉੱਪਰ ਕੀਤਾ ਹੋਇਆ। ਕੰਮ ਹਮੇਸ਼ਾ ਆਪਣਾ ਹਰ ਤਰ੍ਹਾਂ ਦੀ ਤਰ੍ਹਾਂ, ਹੈ ਨਾ, ਨੀਟ ਐਂਡ ਕਲੀਨ। ਇਹ ਬਾਹਾਂ ਦਾ ਕੰਮ ਆ ਗਿਆ ਜੀ, ਠੀਕ ਹੈ। ਇਹ ਹੈਗਾ ਜੀ ਨੇਵੀ ਬਲੂ ਕਮੀਜ਼, ਇਹ ਘੇਰ ਦਾ ਕੰਮ ਆ ਗਿਆ, ਠੀਕ ਹੈ। ਚਾਕਾਂ ਦਾ ਕੰਮ ਅਤੇ ਘੇਰ ਦਾ, ਕਾਫੀ ਸੋਹਣਾ ਡਿਜ਼ਾਇਨ ਹੈ। ਅਤੇ ਇਹਦੇ ਨਾਲ ਹੈਗੀ ਹੈ ਜੀ ਸਲਵਾਰ ਵਾਈਟ, ਅਤੇ ਬਲੂ ਪ੍ਰਿੰਟ ਹੈ ਸਲਵਾਰ ਦੇ ਵਿੱਚ, ਵਾਈਟ ਸਲਵਾਰ ਹੈਗੀ। ਅਤੇ ਇਸ ਤਰ੍ਹਾਂ ਦੇ ਨੂੰ ਆਪਾਂ ਪੌਂਚੇ ਨੂੰ ਕੰਮ ਦਿੱਤਾ ਕੀਤਾ ਹੋਇਆ ਹੈਗਾ, ਜਿਹੜਾ ਬਾਂਹ ਵਾਲਾ ਕੰਮ ਹੈ ਉਹੀ ਆਪਾਂ ਪੌਂਚੇ ਨੂੰ ਕੀਤਾ ਹੋਇਆ। ਬਹੁਤ ਸੋਹਣਾ ਲੱਗਦਾ ਇਹ ਪਾਇਆ ਹੋਇਆ, ਸੋਹਣਾ ਲੱਗੂਗਾ। ਲਓ ਜੀ ਇਸ ਤਰ੍ਹਾਂ ਦੇ ਨਾਲ ਤੁਸੀਂ ਕਰਵਾ ਸਕਦੇ ਹੋਗੇ। ਇਹ ਹੈਗਾ ਜੀ ਬਲੂ ਨੇਵੀ ਬਲੂ ਕਮੀਜ਼ ਹੈ ਅਤੇ ਵਾਈਟ ਸਲਵਾਰ ਹੈ। ਇਹਦੇ ਨਾਲ ਦੇ ਆਪਾਂ ਹੋਰ ਵੀ ਕਰੇ ਨੇ, ਸਿਸਟਰ ਵੀ ਕਰਵਾਏ ਨੇ ਮੇਰੀ ਨੇ, ਹੁਣ ਜਿਸ ਤਰ੍ਹਾਂ ਦੀ ਰੱਖੜੀ ਆਊਗੀ ਉਹਨਾਂ ਨੇ ਗਿਫਟ ਕਰਨੇ ਨੇ ਬੱਚਿਆਂ ਨੂੰ, ਹੈ ਨਾ। ਇਹ ਦੇਖੋ ਇਹ ਇਹਦੇ ਵਿੱਚ ਦੋ ਕਲਰ ਨੇ, ਬਲੈਕ ਵੀ ਹੈ ਅਤੇ ਬਲੂ ਵੀ ਹੈ ਜੀ। ਬਲੂ ਮੈਂ ਪੱਕਾ ਨਹੀਂ ਕਹਿ ਸਕਦੀ ਤੁਹਾਨੂੰ ਮਿਲੂਗਾ ਜਾਂ ਨਾ ਮਿਲੂਗਾ, ਅਤੇ ਪਰ ਬਲੈਕ ਮਿਲ ਜੂਗਾ। ਰਾਮਟੈਕਸ ਦੀ ਕਾਟਨ ਹੈ ਇਹ, ਰਾਮਟੈਕਸ ਦੀ ਕਾਟਨ ਦੇ ਵਿੱਚ ਹੈ ਜੀ, ਇਹ ਓਰੀਜਿਨਲ ਹੈ ਬਿਲਕੁਲ, ਬਹੁਤ ਸੋਹਣੀ ਕਾਟਨ ਹੈਗੀ। ਇਹ ਦੇਖੋ ਇਹ ਬਲੈਕ ਆਪਾਂ ਬਲੈਕ ਦੇ ਉੱਪਰ ਕਰਿਆ ਹੋਇਆ। ਇਹ ਆ ਗਿਆ ਜੀ ਆਪਣੇ ਘੇਰ ਦਾ ਕੰਮ, ਇੱਥੋਂ ਬਸ ਥੋੜ੍ਹਾ ਛੋਟਾ ਹੀ ਹੈ ਘੇਰ, ਅਤੇ ਸੇਮ ਉਸੇ ਤਰ੍ਹਾਂ ਦੇ ਕੰਮ ਹੈ, ਬਾਹਾਂ ਸਲਵਾਰ ਦਾ ਕੰਮ ਉਸੇ ਤਰ੍ਹਾਂ ਦਾ। ਇਹਦੇ ਨਾਲ ਵੀ ਜਿਹੜੀ ਸਲਵਾਰ ਹੈ ਜੀ ਵਾਈਟ, ਜਿਹੜੀ ਸਲਵਾਰ ਰੱਖੀ ਹੋਈ ਹੈ ਵਾਈਟ ਰੱਖੀ ਹੋਈ ਹੈ, ਇਸ ਤਰ੍ਹਾਂ ਸਟਰੇਟ ਸਲਵਾਰ ਬਣ ਜੂਗੀ। ਜੇ ਤੁਸੀਂ ਸਲਵਾਰ ਸਟਰੇਟ ਨਹੀਂ ਪਾਉਂਦੇ ਤਾਂ ਆਪਾਂ ਤੁਹਾਡੀ ਸਲਵਾਰ ਨੂੰ ਜੁਆਇੰਟ ਕਰਾ ਕੇ ਫਿਰ ਵਰਕ ਕਰਵਾ ਦਾਂਗੇ, ਜੇ ਸਾਡੇ ਤੋਂ ਸਿਲਾਈ ਕਰਵਾਉਂਗੇ ਜੀ ਤਾਂ ਉਹ ਤਾਂ ਵਰਕ ਹੋਊਗਾ। ਜੇ ਤੁਸੀਂ ਸਿਲਾਈ ਖੁਦ ਕਰੋ, ਮਤਲਬ ਕਿ ਜਦੋਂ ਆਪਣੇ ਟੇਲਰ ਤੋਂ ਕਰਵਾਉਣੀ ਹੈ, ਫਿਰ ਆਪਾਂ ਇਸ ਤਰ੍ਹਾਂ ਵਰਕ ਕਰਕੇ ਦੇ ਦਾਂਗੇ। ਤੁਸੀਂ ਥੋੜ੍ਹਾ ਜਿਹਾ ਕੁੰਦਾ ਛੋਟਾ ਰੱਖ ਲਿਓ, ਅਤੇ ਸਲਵਾਰ ਦੇ ਵਿੱਚ ਜਿਹੜੀ ਆਪਣਾ ਇਹ ਪਾਉਣਾ ਹੁੰਦਾ ਜੀ ਗੋਡਾ ਕਹੋਗੇ ਤੁਸੀਂ ਜਾਂ ਪੌਂਚਾ ਕਹੋਗੇ, ਉਹ ਵੱਡਾ ਪਾ ਲਿਓ, ਕਾਫੀ ਜ਼ਿਆਦਾ ਸੋਹਣਾ ਲੱਗਦਾ ਹੈਗਾ। ਅਤੇ ਇਹਦੇ ਨਾਲ ਦਾ ਸੇਮ ਦੋ ਤਿੰਨ ਸੂਟ ਬਣਾਏ ਨੇ, ਦੋ ਇਸ ਤਰ੍ਹਾਂ ਬਲੈਕ 'ਤੇ ਬਣਾਏ ਨੇ, ਉਹੀ ਡਿਜ਼ਾਇਨ ਹੈ ਜੀ ਪਿਓਰ ਰਾਮਟੈਕਸ ਦੀ ਕਾਟਨ। ਕਾਟਨ ਬਹੁਤ ਸ਼ਾਨਦਾਰ ਹੈ, ਗਰਮੀ ਵਿੱਚ ਪਾਉਣ ਵਾਸਤੇ ਬਿਲਕੁਲ ਹੌਲਾ ਕੱਪੜਾ, ਇਹ ਬਲੂ 'ਤੇ ਬਣਾਇਆ। ਜੇ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ਾਟ ਲੈ ਲਿਓ, ਦੁਪੱਟਾ ਜਿਹੜਾ ਤੁਸੀਂ ਇਹਦੇ ਨਾਲ ਕਹੋਗੇ ਤੁਹਾਨੂੰ ਉਹ ਦੁਪੱਟਾ ਆਪਾਂ ਲਾ ਕੇ ਦੇ ਦਾਂਗੇ, ਠੀਕ ਹੈ ਜੀ। ਇਹ ਆਪਾਂ ਸੂਟ ਕਰਦੇ ਹਾਂ ਸਾਈਡ 'ਤੇ, ਆਪਾਂ ਤੁਹਾਨੂੰ ਕਾਟਨ ਦੇ ਹੋਰ ਸੂਟ ਦਿਖਾਉਂਦੇ ਹਾਂ ਸੋਹਣੇ ਸੋਹਣੇ, ਜਿਹਨਾਂ 'ਚੋਂ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਲਿਓ। ਬਲੂ ਦਾ ਮੈਨੂੰ ਨਹੀਂ ਪਤਾ ਜੀ ਪੱਕਾ ਮਿਲੂਗਾ ਕਿ ਨਾ, ਬਲੈਕ ਤਾਂ ਮਿਲ ਹੀ ਜਾਊ 100%, ਪਰ ਮੈਂ ਪਤਾ ਤੁਹਾਡੇ ਲਈ ਕੋਸ਼ਿਸ਼ ਜ਼ਰੂਰ ਕਰ ਲੂੰ ਜੇ ਤੁਹਾਨੂੰ ਬਲੂ ਪਸੰਦ ਹੈ। ਵੈਸੇ ਬਲੈਕ ਵੀ ਬਹੁਤ ਸੋਹਣਾ ਲੱਗਦਾ, ਬਲੈਕ 'ਤੇ ਵੀ ਇਹ ਜਿਹੜਾ ਸੂਟ ਹੈ ਜੱਚ ਕੇ ਆਊਗਾ। ਜੇ ਇੱਥੇ ਹੈ ਨਾ ਫੋਟੋ ਮਿਲ ਗਈ ਮੈਨੂੰ ਮਨਵੀਰ ਦੇ ਪਾਏ ਹੋਏ ਦੀ, ਮੈਂ ਲਾਉਣ ਦੀ ਕੋਸ਼ਿਸ਼ ਕਰੂੰਗੀ ਤੁਹਾਡੇ ਪਾਇਆ ਹੋਇਆ ਕਿਸ ਤਰ੍ਹਾਂ ਲੱਗੂਗਾ। ਅਤੇ ਨੈਕਸਟ ਆਪਾਂ ਦਿਖਾਉਂਦੇ ਹਾਂ ਤੁਹਾਨੂੰ, ਇਹ ਆਪਾਂ ਬਣਾਇਆ ਹੋਇਆ ਜੀ ਲੀਲਨ ਦੇ ਉੱਪਰ। ਇਹਦੇ ਨਾਲ ਦੇ ਆਪਾਂ ਇਹ ਸੂਟ ਆਲ ਓਵਰ ਵੀ ਬਣਾਏ ਨੇ ਅਤੇ ਪ੍ਰਿੰਟ ਪਲੇਨ ਸਲਵਾਰਾਂ ਨਾਲ ਵੀ ਬਣਾਏ ਨੇ। ਇਹਦੇ ਉੱਪਰ ਆਪਾਂ ਪਿੰਕ ਇਸ ਤਰ੍ਹਾਂ ਨੈਕ ਦੇ ਉੱਪਰ ਲੇਸ ਦਿੱਤੀ ਹੋਈ ਹੈ ਅਤੇ ਇਸ ਤਰ੍ਹਾਂ ਬਾਅਦ ਦਿੱਤਾ ਹੋਇਆ ਜੀ ਡਿਜ਼ਾਇਨ। ਪਹਿਲਾਂ ਲੇਸ ਦਿੱਤੀ ਹੈ ਫਿਰ ਪਿੰਟੈਕਸ ਪਾਏ ਨੇ, ਇਸ ਤਰ੍ਹਾਂ ਪਲੇਟਸ ਪਾ ਕੇ ਆਪਾਂ ਇਹ ਬਣਾਈ ਹੋਈ ਹੈ ਬਾਂਹ, ਅਤੇ ਸੇਮ ਕੰਮ ਹੈ ਜਿਹੜਾ ਆਪਾਂ ਘੇਰ ਦੇ ਉੱਪਰ ਕਰਿਆ ਹੋਇਆ। ਪਤਾ ਜੀ ਜਦੋਂ ਆਪਾਂ ਸੂਟਾਂ ਨੂੰ ਡਿਜ਼ਾਇਨ ਕਰ ਦਿੰਦੇ ਹਾਂ ਉਹਦੇ ਨਾਲ ਨਾ ਸੂਟ ਹੋਰ ਵੀ ਸੋਹਣਾ ਲੱਗਣ ਲੱਗ ਜਾਂਦਾ। ਦੇਖੋ ਇਸ ਤਰ੍ਹਾਂ ਦੀ ਆਪਾਂ ਇਹਨੂੰ ਡਿਜ਼ਾਇਨਿੰਗ ਦਿੱਤੀ ਹੋਈ ਹੈ।
ਹੁਣ ਆਪਾਂ ਇਹਦੇ ਨਾਲ ਪਿੰਕ ਕਲਰ ਦਾ ਦੁਪੱਟਾ ਲਾ ਲਾਂਗੇ ਇਹ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਠੀਕ ਹੈ ਦੋਨੋਂ ਕਮੀਜ਼ ਆ ਗਏ ਇਹ ਸਲਵਾਰ ਕਿੱਥੇ ਪਲੇਨ ਨੇ ਸਲਵਾਰਾਂ ਫਿਰ ਇਹਨਾਂ ਨਾਲ ਸਲਵਾਰਾਂ ਪਲੇਨ ਹੋਣਗੀਆਂ ਦੇਖ ਲਿਓ ਡਾਈ ਵਾਸਤੇ ਗਈਆਂ ਲਓ ਜੀ ਪਤਾ ਟੇਲਰ ਕੀ ਕਰਦੇ ਨੇ ਜੀ ਸਾਨੂੰ ਸੂਹ ਨਹੀਂ ਦਿੰਦੇ ਹੈਗੇ ਕਈ ਵਾਰੀ ਨਾ ਸਲਵਾਰ ਉਹ ਰੱਖ ਲੈਂਦੇ ਨੇ ਕਟਿੰਗਾਂ ਨਹੀਂ ਦਿੰਦੇ ਹੈਗੇ ਫਿਰ ਸਾਨੂੰ ਸਲਵਾਰ ਉਹ ਕਰਨੇ ਪੈਂਦੇ ਨੇ ਫਿਰ ਅਸੀਂ ਸਿੱਟਦੇ ਐਂ ਕਰਦੇ ਐਂ ਲੱਗਦੇ ਨੇ ਕਰਨੇ ਕਈ ਵਾਰ ਜਦੋਂ ਮੇਰੇ ਯਾਦ ਆਉਂਦਾ ਮੈਂ ਕਹਿੰਦੀ ਹਾਂ ਵੀ ਭਾਈ ਲੈ ਕੇ ਆਓ ਕਿਉਂਕਿ ਸੂਟ ਆਪਣੇ ਘਰੇ ਫੜਾ ਕੇ ਜਾਂਦੇ ਨੇ ਘਰ ਆ ਕੇ ਤੇ ਕਈ ਵਾਰੀ ਕਟਿੰਗ ਉਹ ਛੱਡ ਆਉਂਦੇ ਨੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਡਿਜ਼ਾਇਨ ਕੀਤੀ ਹੋਈ ਹੈ ਦੇਖੋ ਜੀ ਇਹ ਪ੍ਰਿੰਟਡ ਸੂਟਾਂ ਨੂੰ ਡਿਜ਼ਾਇਨ ਕਰਨਾ ਇਹ ਪ੍ਰਿੰਟ ਸਾਡੇ ਕੋਲੋਂ ਮਿਲ ਜੂਗਾ ਇਹ ਲੀਲਨ ਦੇ ਵਿੱਚ ਵੀ ਮਿਲ ਜੂਗਾ ਤੁਹਾਨੂੰ ਤੇ ਇਹ ਉਹਦੇ ਵਿੱਚ ਵੀ ਮਿਲ ਜੂਗਾ ਆਪਾਂ ਨੂੰ ਕੀ ਹੁੰਦਾ ਜੀ ਉਹ ਬਟਰ ਕਾਟਨ ਵਿੱਚ ਵੀ ਸੇਮ ਪ੍ਰਿੰਟ ਮਿਲ ਜੂਗਾ ਸੇਮ ਪ੍ਰਿੰਟ ਲੀਲਨ ਦੇ ਵਿੱਚ ਮੈਂ ਪੱਕਾ ਨਹੀਂ ਕਹਿ ਸਕਦੀ ਹੁਣ ਮਿਲੂਗਾ ਕਿ ਨਾ ਪਰ ਬਟਰ ਕਾਟਨ ਦੇ ਵਿੱਚ ਇਹ ਪ੍ਰਿੰਟ ਆਪਣੇ ਕੋਲੇ ਹੈਗਾ ਤੁਸੀਂ ਲੈ ਸਕਦੇ ਹੋ ਠੀਕ ਹੈ ਤੁਸੀਂ ਮੈਸੇਜ ਕਰ ਦਿਓ ਮੈਨੂੰ ਜੀ ਬਟਰ ਕਾਟਨ ਤੇ ਚਾਹੀਦਾ ਕਿ ਲੀਲਨ ਤੇ ਚਾਹੀਦਾ ਸੇਮ ਪ੍ਰਿੰਟ ਮਿਲੂਗਾ ਤੁਹਾਨੂੰ ਬਿਲਕੁਲ ਡਿੱਟੋ ਤੇ ਇਹਦੇ ਨਾਲ ਪਰਪਲ ਕਲਰ ਦੀ ਸਲਵਾਰ ਹੈ ਉਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਦੁਪੱਟੇ ਡਾਈ ਲਈ ਭੇਜੇ ਨੇ ਜੀ ਉਧਰ ਨੇ ਉਹ ਸਾਰੇ ਤੇ ਇਹ ਵਾਲਾ ਹੈਗਾ ਰੈਸਟ ਤੁਸੀਂ ਮੇਰੇ ਪਾਇਆ ਦੇਖਿਆ ਇਹ ਵੀ ਤੁਸੀਂ ਹੈ ਨਾ ਪਲੇਨ ਸਲਵਾਰ ਨਾਲ ਵੀ ਲੈ ਸਕਦੇ ਹੋ ਜਿਸ ਤਰ੍ਹਾਂ ਇਹ ਕਸਟਮਰ ਨੇ ਆਲ ਓਵਰ ਬਣਾਇਆ ਹੈਗਾ ਤੇ ਇਹਦੀ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੋਈ ਹੈ ਤੁਸੀਂ ਡਿਜ਼ਾਈਨਿੰਗ ਵੀ ਦੇਖੋ ਜੀ ਕਿੰਨੀ ਪਿਆਰੀ ਕਰੀ ਹੈ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਡਿਜ਼ਾਈਨ ਕਰਿਆ ਇਹ ਡਿਜ਼ਾਈਨ ਦੇ ਲਈ ਆਪਾਂ ਦੇਖੋ ਐਕਸਟਰਾ ਅੱਧਾ ਮੀਟਰ ਹੈ ਨਾ ਆਪਾਂ ਕੱਪੜਾ 2 ਮੀਟਰ ਤੋਂ ਵੀ ਜ਼ਿਆਦਾ ਲੱਗ ਗਿਆ ਨਹੀਂ ਪੌਣਾ ਮੀਟਰ ਅਲੱਗ ਤੋਂ ਕੱਪੜਾ ਲਿਆ ਫਿਰ ਡਾਈ ਕਰਵਾਈ ਕਿਉਂਕਿ ਇਹ ਕੁਦਰਤੀ ਨਾਲ ਨਹੀਂ ਮਿਲਦਾ ਹੁੰਦਾ ਹੈ ਨਾ ਡਾਈ ਕਰਵਾਉਣ ਤੋਂ ਬਾਅਦ ਇਸ ਤਰ੍ਹਾਂ ਕਰਿਆ ਇਹ ਇਸ ਤਰ੍ਹਾਂ ਵੀ ਨਹੀਂ ਹੈਗਾ ਬਿਲਕੁਲ ਵੀ ਇਸ ਤਰ੍ਹਾਂ ਸੌਫਟ ਨੇ ਨਾ ਧੋਏ ਧੋਏ ਮੁਸੀ ਜਾਣੀ ਹੈ ਇਹਦੇ ਵਿੱਚ ਜੀ ਪੇਸਟਿੰਗ ਪੇਪਰ ਪਾਇਆ ਹੋਇਆ ਪੇਸਟਿੰਗ ਦੇ ਨਾਲ ਬਣਾਈਆਂ ਹੋਈਆਂ ਨੇ ਇਹ ਬਹੁਤ ਸੋਹਣਾ ਨੈਕ ਦਾ ਡਿਜ਼ਾਈਨ ਬਣਾਇਆ ਦੇਖੋ ਤੁਸੀਂ ਇਸ ਤਰ੍ਹਾਂ ਸਟਾਈਲ ਕਰਵਾ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਲੱਗਦਾ ਜੀ ਇਹ ਸਟਾਈਲ ਕਰਿਆ ਹੋਇਆ ਬਾਂਹ ਦੇਖੋ ਇਸ ਤਰ੍ਹਾਂ ਬਾਂਹ ਨੂੰ ਆਪਾਂ ਸਟਾਈਲ ਕਰਿਆ ਹੋਇਆ ਬਹੁਤ ਸੋਹਣਾ ਲੱਗਦਾ ਹੱਥੀ ਇਹ ਬੁਕਰਮ ਕੱਟ ਕੇ ਫਿਰ ਹੈ ਨਾ ਜੀ ਇਹਦੇ ਵਿੱਚ ਪੇਸਟਿੰਗ ਕਰਕੇ ਫਿਰ ਪਾਈ ਹੋਈ ਹੈ ਤਾਂ ਕਿ ਇਹਦੀ ਸਪੋਰਟ ਜੀ ਮਿਲੀ ਰਹੇ ਤੇ ਸੋਹਣਾ ਲੱਗੇ ਇਹ ਕੰਮ ਕਰਿਆ ਤੇ ਇਸ ਤਰ੍ਹਾਂ ਦੀ ਇਹਨੂੰ ਆਪਾਂ ਡਿਜ਼ਾਈਨ ਕਰਿਆ ਹੋਇਆ ਦੇਖੋ ਹੈ ਤਾਂ ਦੇਖੋ ਇਹ ਕਾਟਨ ਦੇ ਸੂਟ ਨੇ ਪਰ ਪਾਏ ਹੋਏ ਤੁਹਾਡੇ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਕਿਉਂਕਿ ਸਟਿਚਿੰਗ ਇਹਦੀ ਇਸ ਤਰ੍ਹਾਂ ਦੀ ਕਰੀ ਹੋਈ ਹੈ ਇੱਕ ਲੀਲਨ ਦਾ ਸੂਟ ਆਪਾਂ ਤੁਹਾਨੂੰ ਹੋਰ ਦਿਖਾਉਂਦੇ ਹਾਂ ਜੀ ਮੈਚਿੰਗ ਬਣਿਆ ਬਹੁਤ ਜ਼ਿਆਦਾ ਸ਼ਾਨਦਾਰ ਕੰਮ ਕਰਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਾਇਆ ਹੈਗਾ ਕਾਟਨ ਦੇ ਸਪੈਸ਼ਲ ਸੂਟ ਨੇ ਜੀ ਇਹ ਸਪੈਸ਼ਲ ਆਪਣੇ ਕੋਲੇ ਵਰਕਰ ਨੇ ਜੋ ਤੁਹਾਡੇ ਸੂਟ ਡਿਜ਼ਾਈਨ ਕਰਨਗੇ ਤੇ ਮੈਂ ਤੁਹਾਨੂੰ ਕੋਈ ਸਲਾਹ ਦੇਵਾਂਗੀ ਜਦੋਂ ਵੀ ਤੁਸੀਂ ਹੈ ਨਾ ਡਿਜ਼ਾਈਨ ਕਰਵਾਉਣਾ ਜਾਂ ਤੁਸੀਂ ਖੁਦ ਆਪਣੇ ਹੈ ਨਾ ਸੂਟ ਵਰਕਰ ਨੂੰ ਦੇ ਕੇ ਆਉਂਦੇ ਹੋ ਜੀ ਤੁਸੀਂ ਗੱਲ ਦਾ ਤੁਸੀਂ ਧਿਆਨ ਰੱਖਿਆ ਕਰੋ ਵੀ ਤੁਹਾਡਾ ਵਰਕਰ ਆ ਜਿਹੜਾ ਬਿਲਕੁਲ ਟ੍ਰੇਨਡ ਹੋਣਾ ਚਾਹੀਦਾ ਤੇ ਫਿਰ ਹੀ ਉਹ ਤੁਹਾਨੂੰ ਕੰਮ ਸਾਫ ਸੁਥਰਾ ਸਹੀ ਕਰਕੇ ਦੇਊਗਾ ਜੇ ਤੁਹਾਡਾ ਵਰਕਰ ਟ੍ਰੇਨ ਹੈ ਦੇਖੋ ਠੀਕ ਹੈ ਉਹ ਘੇਰੇ ਦਾ ਕੰਮ ਹੈ ਇਹ ਆਪਾਂ ਇੱਥੇ ਦੋ ਸਪੈ ਆ ਗਈਆਂ ਚਿੜੀਆਂ ਜੀ ਇਹ ਨੈਕ ਕੋਲੇ ਡਿਜ਼ਾਈਨ ਆ ਜਾਊਗਾ ਤੇ ਬਾਂਹ ਦਾ ਕੰਮ ਹੈ ਇਹ ਕਮੀਜ਼ ਹੈ ਜੀ ਇਹਦੇ ਨਾਲ ਸਲਵਾਰ ਬਹੁਤ ਸੋਹਣੀ ਹੈ ਇਹ ਬੈਕ ਦਾ ਕੰਮ ਹੈ ਬੈਕ ਦੇ ਉੱਪਰ ਵੀ ਬਹੁਤ ਸੋਹਣਾ ਡਿਜ਼ਾਈਨ ਪਾਇਆ ਤੇ ਇਹਦੇ ਨਾਲ ਆਪਾਂ ਸਲਵਾਰ ਰੱਖੀ ਹੋਈ ਹੈ ਜੀ ਮਾਊਸ ਕਲਰ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਕਰਿਆ ਹੋਇਆ ਇਸ ਤਰ੍ਹਾਂ ਮਾਊਸ ਕਲਰ ਦੀ ਸਲਵਾਰ ਰੱਖੀ ਹੈ ਕਾਫੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਜੀ ਇਹ ਜੇ ਤੁਹਾਨੂੰ ਪਸੰਦ ਹੈ ਤੁਸੀਂ ਕਰਵਾ ਸਕਦੇ ਹੋ ਪਿਓਰ ਰਾਮਟੈਕਸ ਦੀ ਲੀਲਨ ਦੇ ਉੱਪਰ ਬਣਿਆ ਹੋਇਆ ਤੇ ਬਹੁਤ ਜਲਦ ਹੋ ਰਿਹਾ ਇਹਦੇ ਮੈਚਿੰਗ ਸੂਟ ਬਣ ਕੇ ਆਉਣਗੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਡਿਜ਼ਾਈਨ ਤੁਸੀਂ ਦੇਖਿਓ ਕੰਮ ਤੁਹਾਡਾ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਾਫੀ ਜ਼ਿਆਦਾ ਸੋਹਣਾ ਇਹ ਡਿਜ਼ਾਈਨ ਆਪਾਂ ਇਸ ਤੇ ਇਹਦੇ ਉੱਪਰ ਕੀਤਾ ਹੋਇਆ ਹੈਗਾ ਤੇ ਇਹ ਵੀ ਕਾਟਨ ਦਾ ਸੂਟ ਹੈ ਜੀ ਇੱਕ ਆਪਾਂ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ ਇਹ ਵੀ ਸੂਟ ਹੈ ਜਿਹੜਾ ਕਾਟਨ ਦਾ ਸਪੈਸ਼ਲ ਡਿਜ਼ਾਈਨ ਨੇ ਜੀ ਇਹ ਵੀ ਰਾਮਟੈਕਸ ਦੀ ਕਾਟਨ ਹੈ ਕੋਈ ਵੀ ਕੱਪੜਾ ਜੀ ਆਪਾਂ ਕਦੇ ਵੀ ਹੈ ਨਾ ਬ੍ਰਾਂਡ ਤੋਂ ਬਿਨਾਂ ਨਹੀਂ ਲਿਆ ਜਾਂ ਜਿਹੜੇ ਸੂਟ ਨੇ ਸਪੈਸ਼ਲ ਰਾਮਟੈਕਸ ਦੀ ਨੇ ਸਾਰੇ ਰਾਮਟੈਕਸ ਦੀਆਂ ਕਾਟਨਾਂ ਦੇ ਉੱਪਰ ਬਣੇ ਹੋਏ ਨੇ ਇਹ ਦੇਖੋ ਇਹਦੇ ਨਾਲ ਜਿੰਨੇ ਤੁਸੀਂ ਕਹੋਗੇ ਉਹਨੇ ਮਿਲ ਜਾਣਗੇ ਇਹ ਆਪਣੀ ਸਲਵਾਰ ਹੈ ਜੀ ਚੱਕਦੇ ਨੇ ਆਪਾਂ ਥੱਲੋਂ ਇਹ ਆਪਾਂ ਸਲਵਾਰ ਦੇ ਪੌਂਚੇ ਦੇ ਉੱਪਰ ਕੰਮ ਕਰਿਆ ਹੋਇਆ ਦੇਖੋ ਕਿੰਨਾ ਪਿਆਰਾ ਬਹੁਤ ਜ਼ਿਆਦਾ ਸੋਹਣਾ ਸਾਫ਼ ਸੁਥਰਾ ਕੰਮ ਕਰਿਆ ਹੋਇਆ ਤੇ ਹੈਗਾ ਜੀ ਆਪਣਾ ਕਮੀਜ਼ ਕੱਪੜਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹਦੇ ਵਿੱਚ ਰੰਗ ਹੈਗੇ ਨੇ ਦੋ ਤਿੰਨ ਪਰ ਰੰਗ ਲਾਈਟ ਹੀ ਮਿਲਣਗੇ ਇਹ ਘੇਰ ਦਾ ਕੰਮ ਆ ਗਿਆ ਦੇਖੋ ਕਿੰਨਾ ਪਿਆਰਾ ਕੰਮ ਕਰਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਜੀ ਬਹੁਤ ਜ਼ਿਆਦਾ ਸਾਫ਼ ਸੁਥਰਾ ਕੰਮ ਕਰਿਆ ਹੋਇਆ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆਪਣੇ ਕੋਲੇ ਵਰਕਰ ਵਧੀਆ ਨੇ ਇਹ ਆਪਾਂ ਨੈਕ ਸਲਵਾਰ ਨਾਲ ਦਾ ਕੰਮ ਹੈ ਜਿਹੜਾ ਹਨਾ ਸਲਵਾਰ ਨਾਲ ਦਾ ਜਿਹੜਾ ਡਿਜ਼ਾਈਨ ਹੈ ਥੋੜਾ ਜਿਹਾ ਨੈਕ ਦੇ ਉੱਪਰ ਆਪਾਂ ਕਰ ਦਿੱਤਾ ਤਾਂ ਕਿ ਨੈਕ ਆਪਣਾ ਖਾਲੀ ਨਾ ਨਜ਼ਰ ਆਵੇ ਠੀਕ ਹੈ ਇਹ ਬਾਂਹ ਦਾ ਕੰਮ ਹੈ ਤੇ ਦੁਪੱਟਾ ਇਹਦੇ ਨਾਲ ਦਾ ਫਿਨਿਸ਼ਿੰਗ ਦੇ ਲਈ ਗਿਆ ਹੋਇਆ ਜੀ ਟਾਈ ਹੋ ਕੇ ਆ ਗਿਆ ਪਰ ਦੁਪੱਟੇ ਦੀ ਫਿਨਿਸ਼ਿੰਗ ਹੋ ਰਹੀ ਹੈ ਸੋਹਣਾ ਬਹੁਤ ਜ਼ਿਆਦਾ ਲੱਗਦਾ ਜੀ ਸਪੈਸ਼ਲ ਰਾਮਟੈਕਸ ਦੇ ਸੂਟ ਨੇ ਜਿਹੜਾ ਵੀ ਤੁਹਾਨੂੰ ਪਸੰਦ ਹੈ ਤੁਸੀਂ ਲੈ ਸਕਦੇ ਹੋ ਜਿਸ ਤਰ੍ਹਾਂ ਇਹ ਪਹਿਲਾ ਸੂਟ ਹੋ ਗਿਆ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਲਓ ਜੀ ਹੁਣ ਤੁਸੀਂ ਨਾ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਦੀ ਹਾਂ ਸਾਰੇ ਸੈੱਟ ਜੇ ਕਰਕੇ ਤੁਸੀਂ ਸਕਰੀਨਸ਼ਾਟ ਲੈ ਲਓ ਪਹਿਲਾ ਡਿਜ਼ਾਈਨ ਇਹ ਵਾਲਾ ਜੀ ਹੈ ਨਾ ਇਹ ਬਾਹਾਂ ਦਾ ਕੰਮ ਹੋ ਗਿਆ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜੂ ਮੈਂ ਤਾਂ ਦਿਖਾ ਰਹੀ ਹਾਂ ਰਾਮਟੈਕਸ ਦਾ ਸੂਟ ਹੈ ਜੀ ਕਾਫੀ ਜ਼ਿਆਦਾ ਸੋਹਣਾ ਹੈ ਜੀ ਇਹ ਵੀ ਜੀ ਕਰਾਂਗਾ ਡਿਜ਼ਾਈਨ ਹੋਰ ਵੀ ਬਣ ਕੇ ਆਇਆ ਲਓ ਇਹ ਹੋ ਗਿਆ ਪਹਿਲਾ ਸੂਟ ਤੁਸੀਂ ਸਕਰੀਨ
ਇਹ ਵੀ ਰਾਮਟੈਕਸ ਦੀ ਕਾਟਨ ਹੈ ਬਹੁਤ ਜ਼ਿਆਦਾ ਸ਼ਾਨਦਾਰ ਕੰਮ ਹੋਇਆ ਹੈ ਉੱਪਰ ਨੂੰ ਕਲੀਆਂ ਜਾਣਗੀਆਂ ਜੀ ਠੀਕ ਹੈ ਇੱਕ ਇਹਦੇ ਵਿੱਚ ਇਹ ਕਲਰ ਹੈਗਾ ਇੱਕ ਇਹਦੇ ਵਿੱਚ ਲਵੈਂਡਰ ਕਲਰ ਹੈਗਾ ਚਾਰ ਕਲਰ ਨੇ ਇਹਦੇ ਵਿੱਚ ਚਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਲਵੈਂਡਰ ਚਲਾ ਗਿਆ ਆਪਣੇ ਇੱਥੇ ਬਹੁਤ ਸਾਰੇ ਸੂਟ ਅਸੀਂ ਇਹਦੇ ਨਾਲ ਦੇ ਬਣਾਏ ਨੇ ਪਤਾ ਇਹ ਕੀ ਗੱਲ ਟਾਈਮ ਦੀ ਕਮੀ ਹੁੰਦੀ ਹੈ ਕਈ ਵਾਰੀ ਵੀਡੀਓ ਸਾਡੇ ਤੋਂ ਨਹੀਂ ਸੂਟ ਹੁੰਦੀ ਹੈਗੀ ਇਹ ਇੱਥੇ ਜੀ ਇਹ ਸੈਂਟਰ ਦੇ ਵਿੱਚ ਇਸ ਤਰ੍ਹਾਂ ਬਾਂਹ ਦਾ ਕੰਮ ਆ ਜੂਗਾ ਠੀਕ ਹੈ ਤੇ ਇਹ ਕੰਮ ਆ ਗਿਆ ਇਸ ਤਰ੍ਹਾਂ ਆਪਣੇ ਉੱਪਰ ਨੂੰ ਕਲੀਆਂ ਜਾਣਗੀਆਂ ਲਓ ਜੀ ਤੇ ਇੱਥੇ ਆਪਾਂ ਬਰੀਕ ਜਿਹੇ ਪੋਟਲੀ ਬਟਨ ਦਿੱਤੇ ਨੇ ਸਲਵਾਰ ਨਾਲ ਦੇ ਇਸ ਤਰ੍ਹਾਂ ਬਟਨ ਦੇ ਦਿੱਤੇ ਨੇ ਤੇ ਇਹ ਆਪਣੇ ਘੇਰ ਦਾ ਕੰਮ ਆ ਗਿਆ ਤੇ ਨਾਲ ਇਹਦੀ ਹੈਗੀ ਆ ਜੀ ਸਲਵਾਰ ਠੀਕ ਹੈ ਇਹ ਆਪਾਂ ਕੀਤਾ ਹੋਇਆ ਸਲਵਾਰ ਦੇ ਪੌਂਚੇ ਤੇ ਕੰਮ ਸਟ੍ਰੇਟ ਸਲਵਾਰ ਰੱਖੀ ਅੱਗੇ ਤੁਹਾਡੀ ਮਰਜ਼ੀ ਹੈ ਜਿਹੜੀ ਵੀ ਤੁਸੀਂ ਰੱਖਣੀ ਚਾਹੁੰਦੇ ਹੋ ਇਹ ਸਲਵਾਰ ਦਾ ਵਰਕ ਹੈ ਜੀ ਦੂਜਾ ਡਿਜ਼ਾਈਨ ਇਹਦੇ ਵਿੱਚ ਇਹ ਆ ਗਿਆ ਜੀ ਬਹੁਤ ਜ਼ਿਆਦਾ ਸ਼ਾਨਦਾਰ ਨਾ ਹੈ ਨਾ ਕੰਮ ਕਰਿਆ ਹੋਇਆ ਤੁਸੀਂ ਦੇਖੋ ਕਾਟਨ ਦੇ ਉੱਪਰ ਬਹੁਤ ਸੋਹਣੇ ਕਰੇ ਹੋਏ ਨੇ ਸੂਟ ਸਾਰੇ ਆਪਣੇ ਤੁਹਾਨੂੰ ਵਧੀਆ ਮਿਲਣਗੇ ਇਹ ਦੂਜਾ ਡਿਜ਼ਾਈਨ ਆ ਗਿਆ ਲਓ ਜੀ ਸਕਰੀਨਸ਼ਾਟ ਲੈ ਲਓ ਤੁਸੀਂ ਹੁਣ ਆਪਾਂ ਉੱਪਰ ਸਲਵਾਰ ਰੱਖ ਦਿੱਤੀ ਹੈ ਤੁਹਾਨੂੰ ਸਕਰੀਨਸ਼ਾਟ ਉੱਪਰ ਸਲਵਾਰ ਮੈਂ ਰੱਖ ਦਿੱਤੀ ਹੈ ਜੀ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਠੀਕ ਹੈ ਲੈ ਲਓ ਜੀ ਇਹਦਾ ਸਕਰੀਨਸ਼ਾਟ ਅਤੇ ਤੀਜਾ ਇਹ ਵਾਲਾ ਹੈ ਜੀ ਪੀਚ ਅਤੇ ਮਾਊਸ ਦਾ ਕੰਟਰਾਸਟ ਇਹ ਵੀ ਬਹੁਤ ਸੋਹਣਾ ਕੱਪੜਾ ਜੀ ਰਾਮਟੈਕਸ ਦੀ ਲੀਨਨ ਹੈ ਇਹਦੇ ਵਿੱਚ ਦੇਸੀ ਵੀ ਆਉਂਦੀ ਐਸ ਕੇ ਦੀ ਵੀ ਆਉਂਦੀ ਹੈ ਜੀ ਪਰ ਆਪਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੌਫਟ ਹੈ ਜੀ ਇਹ ਵਧੀਆ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਪੈਂਦੀ ਹੈ ਜੇ ਤੁਹਾਨੂੰ ਪਸੰਦ ਹੈ ਇਸ ਤਰ੍ਹਾਂ ਸੂਟ ਲੈ ਸਕਦੇ ਹੋ ਸਕਰੀਨਸ਼ਾਟ ਇਹਦੇ ਬੈਕ 'ਤੇ ਵੀ ਕੰਮ ਕਰਿਆ ਹੋਇਆ ਜੇ ਪਸੰਦ ਹੈ ਸਕਰੀਨਸ਼ਾਟ ਲੈ ਲਓ ਜੀ ਜੇ ਤੁਹਾਨੂੰ ਪਸੰਦ ਹੈ ਸੂਟ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਪ੍ਰਿੰਟਡ ਦਿਖਾਏ ਸੀ ਲਓ ਇਹ ਇਸ ਤਰ੍ਹਾਂ ਦਾ ਜੀ ਇਹ ਵੀ ਕਾਟਨ ਦਾ ਸੂਟ ਹੈ ਜੀ ਬਹੁਤ ਵਧੀਆ ਘਰ ਦੀ ਬਹੁਤ ਸੋਹਣੀ ਘਰ ਦੀ ਇਹ ਆਪਾਂ ਕਾਟਨ ਹੈਗੀ ਇਸ ਤਰ੍ਹਾਂ ਦੇ ਇਹਨੂੰ ਡਿਜ਼ਾਇਨ ਕਰਿਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਜੀ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਵਿਦ ਦੁਪੱਟਾ ਵਿਦਆਊਟ ਦੁਪੱਟਾ ਜਿਵੇਂ ਮਰਜ਼ੀ ਸਾਡੇ ਤੋਂ ਤੁਸੀਂ ਤਿਆਰ ਕਰਵਾ ਸਕਦੇ ਹੋ ਚਲੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਪੈਸ਼ਲ ਦਿਖਾਏ ਨੇ ਕਾਟਨ ਦੇ ਸੂਟ ਤੇ ਮੈਨੂੰ ਜਿਹੜੇ ਸੂਟ ਰੰਗ ਡਿਜ਼ਾਈਨ ਤੁਹਾਨੂੰ ਵਧੀਆ ਲੱਗੇ ਹੋਣੇ ਤੇ ਤੁਸੀਂ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਪਸੰਦ ਆ ਤੁਹਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਜੀ ਕੰਮ ਵਾਸਤੇ ਤੁਹਾਨੂੰ ਥੋੜਾ ਜਿਹਾ ਟਾਈਮ ਦੇਣਾ ਪਊਗਾ ਪਰ ਜਦ ਤੱਕ ਤੁਹਾਡੇ ਕੋਲ ਕੰਮ ਪਹੁੰਚੂਗਾ ਤੁਹਾਨੂੰ ਸੰਤੁਸ਼ਟੀ ਹੋਊਗੀ ਵੀ ਹਾਂਜੀ ਬਾਕੀ ਸਾਨੂੰ ਕੰਮ ਕਰਕੇ ਦਿੱਤਾ ਬਾਕੀ ਹੋਰ ਮੇਰੇ ਪਿੱਛੇ ਸੂਟ ਪਏ ਨੇ ਜੀ ਸਾਰੇ ਕੋਈ ਹੈਂਡ ਵਰਕ ਦਾ ਮਸ਼ੀਨ ਦਾ ਆਰੀ ਦਾ ਮਿਕਸ ਜਿਸ ਤਰ੍ਹਾਂ ਦਾ ਵੀ ਤੁਸੀਂ ਸੂਟ ਕਹੋਗੇ ਸਾਡੇ ਤੋਂ ਤੁਸੀਂ ਬਣਵਾ ਸਕਦੇ ਹੋ ਦੇਖੋ ਉੱਪਰ ਕਾਫੀ ਸੂਟ ਨੇ ਸਾਰੇ ਜਿਹੜੇ ਸਪੈਸ਼ਲ ਹੈ ਨਾ ਤਿਆਰ ਕਰੇ ਹੋਏ ਨੇ ਬਹੁਤ ਸੋਹਣੇ ਰੰਗ ਡਿਜ਼ਾਈਨ ਨਾਲ ਤਿਆਰ ਕਰੇ ਨੇ ਇੱਧਰ ਸਾਰੇ ਪ੍ਰਿੰਟਡ ਸੂਟ ਨੇ ਜੀ ਢੇਰ ਇੱਧਰ ਜਿਹੜੇ ਸੂਟ ਨੇ ਸਾਰੇ ਇਹ ਸਟਿਚਿੰਗ ਵਾਲੇ ਨੇ ਤੇ ਇੱਧਰਲੇ ਪਾਸੇ ਲੈਸਾਂ ਤੇ ਹੋਰ ਬਹੁਤ ਸਾਰੇ ਸੂਟ ਪਏ ਨੇ ਕਾਫੀ ਕੁਛ ਪਿਆ ਜੀ ਬੁਟੀਕ ਦੇ ਵਿੱਚ ਤੇ ਤੁਸੀਂ ਸਿਰਫ ਬਸ ਆਰਡਰ ਕਰਨਾ ਹੈਗਾ ਤੇ ਹਰ ਤਰ੍ਹਾਂ ਦਾ ਕੱਪੜਾ ਹਰ ਤਰ੍ਹਾਂ ਜੋ ਟ੍ਰੈਂਡ ਦੇ ਵਿੱਚ ਚੱਲਦਾ ਹੈ ਜਿਹੜਾ ਕੱਪੜਾ ਹੰਢਣ ਦੇ ਵਿੱਚ ਵਧੀਆ ਜੋ ਰਿਵਾਜ ਦੇ ਨਾਲ ਹੈ ਜੀ ਤੇ ਤੁਹਾਡੇ ਪਾਇਆ ਹੋਇਆ ਸੋਹਣਾ ਲੱਗੂ ਸਰਦਾਰੀ ਸੂਟ ਆਪਾਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਤੇ ਤੁਸੀਂ ਜੇ ਚੈਨਲ ਤੇ ਨਵੇਂ ਪਲੀਜ਼ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਵੀ ਤੁਸੀਂ ਫੋਲੋ ਕਰ ਲਿਓ ਕਿਉਂਕਿ ਅੱਗੇ ਬਹੁਤ ਨਵੇਂ ਨਵੇਂ ਡਿਜ਼ਾਈਨ ਆਉਣਗੇ ਤਾਂ ਤੁਸੀਂ ਦੇਖ ਕੇ ਤੰਗ ਰਹਿ ਜਾਓਗੇ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਠੀਕ ਹੈ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਕੱਲ ਨੂੰ ਨਵੇਂ ਸੂਟਾਂ ਦੇ ਰੰਗਾਂ ਦੇ ਨਾਲ ਮਿਲਦੇ ਆ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ।